ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਹੈ ਕਿ ਅੱਛੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਮਿਲਦਾ ਰਹੇ। ਤੁਸੀਂ ਵੇਖਦੇ ਰਹੋ। ਅੱਜ ਲੈ ਕੇ ਹਾਜ਼ਰ ਹੋਇਆ ਜਨਾਬ ਤੁਹਾਡੇ ਵਾਸਤੇ ਇਸ ਨਸਲ ਦੇ ਬਾਰੇ, ਇਸ ਬਰੀਡ ਦੇ ਬਾਰੇ। ਵੀਡੀਓ ਵੇਖਣ ਤੋਂ ਪਹਿਲਾਂ ਮੈਂ ਸਾਰੀਆਂ ਗੱਲਾਂ ਦੱਸਦਾ ਜਾਵਾਂ। ਇਹ ਜਨਾਬ ਬਰੀਡ ਮੱਲ ਨਸਲ ਦੇ ਵਿੱਚੋਂ ਨੱਬੂ ਬੋਦਲਾ ਬਰੀਡ ਬੜੀ ਮਸ਼ਹੂਰ ਹੋਈ, ਲੇਕਿਨ ਅਸਲ ਬਰੀਡ ਜਨਾਬ ਮੀਆਂ ਉਸਮਾਨ ਹੁਤਿਆਣਾ, ਸ਼ਬਾਨ ਹੁਤਿਆਣਾ ਨੂੰ ਵੀ ਕਹਿੰਦੇ ਸਨ, ਮੀਆਂ ਫਾਰੂਕ ਹੁਤਿਆਣੇ ਦੇ ਵਾਲਾ ਸਾਹਿਬ, ਉਹਨਾਂ ਦੇ ਘਰ ਦੀ ਬਰੀਡ ਇਹ ਮੱਲ ਬਰੀਡ ਦੇ ਵਿੱਚੋਂ ਇਹ ਉੱਥੋਂ ਨੱਬੂ ਬੋਦਲਾ, ਨਵਾਬ ਬੋਦਲਾ ਸਾਹਿਬ ਉਰਫ ਨੱਬੂ ਬੋਦਲਾ ਦੇ ਕੋਲ, ਜਿਨ੍ਹਾਂ ਦੇ ਬੇਟੇ ਇਸ ਵਕਤ ਨਦੀਮ ਨਵਾਬ ਬੋਦਲਾ ਉਹ ਬਰੀਡਿੰਗ 'ਤੇ ਕੰਮ ਕਰ ਰਹੇ ਨੇ, ਜਿਹੜੇ ਟੌਪ ਬਰੀਡਰ ਨੇ, ਜਿਨ੍ਹਾਂ ਵਿੱਚ ਹਾਜੀ ਸ਼ੌਕਰ ਡੋਗਰ, ਹਾਜੀ ਸ਼ੌਕਰ ਡੋਗਰ ਸਾਹਿਬ, ਔਰ ਇਸ ਤੋਂ ਇਲਾਵਾ ਜਿਹੜੇ ਮੇਰੇ ਬੜੇ ਬੜੇ ਪਿਆਰੇ ਦੋਸਤ ਨੇ, ਸੱਜਣ ਨੇ, ਰਾਣਾ ਲਿਆਸ ਸਾਹਿਬ ਨੇ ਫੈਸਲਾਬਾਦ ਤੋਂ, ਮੀਆਂ ਪਰਵੇਜ਼ ਸਾਹਿਬ ਨੇ, ਐਸੇ ਐਸੇ ਨੀਲੀ ਦੇ ਟੌਪ ਬਰੀਡਰ ਜਿਹੜੇ ਜਾਣਦੇ ਨੇ ਨੀਲੀ ਨੂੰ, ਉਹ ਜਨਾਬ ਪੀਰ ਲਾਲ ਸ਼ਾਹ ਨੂੰ, ਪੀਰ ਸਫਦਰ ਸ਼ਾਹ ਨੂੰ, ਪੀਰ ਆਬਾਦ ਸ਼ਾਹ ਨੂੰ, ਨਵਾਬ ਬੋਦਲਾ ਨੂੰ, ਮੀਆਂ ਫਾਰੂਕ ਨੂੰ, ਔਰ ਜਨਾਬ ਐਸ ਐਨ ਸਾਲਮ ਰੱਥ ਨੂੰ, ਸਾਲਮ ਖਾਨ ਰੱਥ ਨੂੰ ਵਾਲ ਸਾਹਿਬ ਨੇ, ਔਰ ਜਨਾਬ ਅਲੀ ਇਮਰਾਨ ਹੁਤਿਆਣਾ ਸਾਹਿਬ ਨੂੰ, ਔਰ ਉਸ ਤੋਂ ਬਾਅਦ ਅਲੀ ਇਮਰਾਨ ਰੱਥ ਸਾਹਿਬ ਨੂੰ, ਅਮੀਰ ਅਮਦਾ ਰੱਥ ਸਾਹਿਬ ਨੂੰ, ਇਹ ਖਾਨ ਸਾਹਿਬਾਂ ਨੂੰ ਸਾਰਿਆਂ ਨੂੰ ਜਾਣਦੇ ਨੇ। ਇਹ ਜਿਹੜੀ ਬਰੀਡ ਦਾ ਮੈਂ ਤੁਹਾਨੂੰ ਅੱਜ ਬੁੱਲ ਵਿਖਾਉਣ ਲੱਗਿਆ, ਇਹ ਜਨਾਬ ਨੱਬੂ ਬੋਦਲਾ ਬਰੀਡ ਦੇ ਵਿੱਚੋਂ ਹੈ, ਔਰ ਇਹਦਾ ਪੂਰਾ ਖਾਨਦਾਨ ਦੱਸਾਂਗੇ, ਸਾਰੀ ਗੱਲਬਾਤ ਦੱਸਾਂਗੇ। ਇਹ ਉਹ ਟੌਪ ਬਰੀਡਰ ਲੋਕ ਨੇ ਜਿਨ੍ਹਾਂ ਨੇ ਨੀਲੀ ਦੇ ਉੱਤੇ ਕੰਮ ਕੀਤਾ, ਐਸੀਆਂ ਨਸਲਾਂ ਉੱਥੋਂ ਬਣੀਆਂ ਜਿਨ੍ਹਾਂ ਵਿੱਚੋਂ ਪਟੋਲੀ ਤੇ ਮੱਲ ਤੇ ਪਤਾ ਨਹੀਂ ਹੋਰ ਹੋਰ ਮਾਣਕੀ ਡਾਕ ਬੰਨੀ, ਹਾਂਜੀ ਮਹੀਨਾ ਡਾਕ ਬੰਨੀ ਵੀ ਉਹਨਾਂ 'ਚ ਸੀ, ਡਾਕ ਬੈਠੀ ਕਿ ਡਾਕ ਬੰਨੀ ਮੱਝ ਬੜੀ ਮਸ਼ਹੂਰ ਸੀ। ਇਹ ਉਹ ਮੱਲ ਨਸਲ ਦੇ ਵਿੱਚੋਂ ਇਹ ਝੋਟਾ ਹੈ ਜਿਹੜੇ ਕੁੰਡੀ ਮੱਲ ਤੇ ਇਹ ਜਿਹੜਾ ਝੋਟਾ ਹੈ, ਅਗਰ ਜਿਹੜੇ ਅੱਖਾਂ ਵਾਲੇ ਬੇਲੀ ਨੇ ਉਹ ਜਾਣਨਗੇ ਇਸ ਝੋਟੇ ਨੂੰ ਕਿ ਇਹ ਵਾਕਈ ਨਵੂ ਬੋਦਲਾ ਬਰੀਡ ਹੈ ਜਾਂ ਨਹੀਂ ਹੈ। ਝੋਟੇ ਦੀ ਪੂਰੀ ਜਾਣਕਾਰੀ ਹੈ, ਬਾਕੀ ਘਰ ਵਿੱਚ ਖੜ੍ਹਾ ਕਿਸੇ ਵਪਾਰੀ ਕੋਲ ਨਹੀਂ ਹੈ। ਨੱਬੂ ਬੋਦਲਾ ਬਰੀਡ ਅੱਖ ਵਿੱਚ ਸੁਰਖੀ, ਇੱਕ ਪਾਸੇ ਬਿੱਲੀਆਂ ਅੱਖਾਂ, ਕੁੰਡੇ ਸਿੰਘ ਇਸ ਬਰੀਡਰ ਦੇ, ਔਰ ਇਹ ਮੂੰਹ ਪੂਰੇ, ਦੂਜੀ ਮੰਨ ਲਈਏ ਸੋਹਣੇ ਪੈਰ, ਸਿੰਘ ਸੋਹਣੇ, ਮੱਥਾ ਸੋਹਣਾ ਝੋਟੇ ਦਾ, ਔਰ ਇਹ ਝੋਟਾ ਨੀਲੀ ਦੇ ਸ਼ਰਾਜ਼ਿਆਂ ਦੇ ਵਿੱਚੋਂ ਐਸਾ ਇੱਕ ਸ਼ਾਹਕਾਰ ਹੈ। ਇਹ ਤੁਸੀਂ ਇਹਦੇ ਵੇਖਣੇ ਨੇ, ਸਭ ਤੋਂ ਪਹਿਲੇ ਟੈਸਟਿਸ ਜਿਹੜੇ ਨੇ ਆਉਂਦੇ ਹੁੰਦੇ ਨੇ ਕਿ ਅਗਰ ਪਿੱਛੇ ਨੂੰ ਹੋਣ ਤੇ ਇਹਨਾਂ ਦੀਆਂ ਕੀਤੀਆਂ ਹੋਈਆਂ ਝੋਟੀਆਂ ਦੇ ਜਿਹੜੇ ਅਵਾਨੇ ਨੇ ਉਹ ਵੀ ਬੜੇ ਪਿੱਛੇ ਨਿਕਲਦੇ ਨੇ। ਨੱਬੂ ਬੋਦਲਾ ਬਰੀਡ ਦੇ ਵਿੱਚੋਂ ਅੱਲਾ ਦੇ ਫਜ਼ਲ ਨਾਲ, ਪਾਕਿਸਤਾਨ ਦਾ ਵਾਹਿਦ ਚੈਨਲ ਹੈ ਆਪਣਾ ਦੇਸ਼ ਪੰਜਾਬ, ਸ਼ੁਕਰ ਅੱਲਾ ਪਾਕ ਦਾ, ਜਿਹੜੇ ਤੁਹਾਨੂੰ ਬਰੀਡਰ ਹਜ਼ਰਾਤ ਦੇ ਬਾਰੇ ਔਰ ਬਰੀਡਿੰਗ ਵਾਲੀਆਂ ਅੱਲਾ ਬਿਹਤਰੀਨ ਔਰ ਕਮਾਲ ਦੀਆਂ ਚੀਜ਼ਾਂ ਹਮੇਸ਼ਾ ਦਿਖਾਉਂਦਾ ਹੈ। ਨੱਬੂ ਬੋਦਲਾ ਬਰੀਡ ਪਾਕਿਸਤਾਨ ਦੀ ਟੌਪ ਬਰੀਡ ਹੈ, ਮੱਲ ਨਸਲ ਬੜੀ ਮਸ਼ਹੂਰ ਹੈ। ਰਾਣਾ ਬਕਾਸ ਸਾਹਿਬ ਦਾ ਬੇਹੱਦ ਸ਼ੁਕਰੀਆ ਅਸੀਂ ਅਦਾ ਕਰਨੇ ਹੈ, ਔਰ ਮੇਰੇ ਬੜੇ ਦੋਸਤ, ਬੜੇ ਪਿਆਰੇ ਵੀਰ ਗੁਜਰਾਤ ਵਿੱਚ ਸ਼ੁਕੀਨ ਹਜ਼ਰਾਤ ਜਿਹੜੇ ਜਾਣਦੇ ਨੇ ਨੱਬੂ ਬੋਦਲਾ ਬਰੀਡ ਨੂੰ, ਲਾਲ ਸ਼ਾਹ ਬਰੀਡ ਨੂੰ, ਰੱਥ ਬਰੀਡ ਨੂੰ, ਲੰਗਰੀਆ ਬਰੀਡ ਨੂੰ, ਮੋਮੇਕਾ ਬਰੀਡ ਨੂੰ, ਔਰ ਨਾਲ ਉਹਦੇ ਲੁੱਡੀਆਂ ਕੋਲ ਵੀ ਕੁਛ ਅੱਛੇ ਜਾਨਵਰ ਹੈ ਨੇ, ਬਾਕੀ ਜਨਾਬ ਸ਼ੇਖੂ ਕੇ ਵੱਟੂ ਨੇ ਉਹਨਾਂ ਕੋਲ ਬੜੀ ਅੱਛੀ ਬਰੀਡ ਹੈ, ਔਰ ਇਹ ਸਾਰਾ ਕੁਛ ਨੱਬੂ ਬੋਦਲਾ ਬਰੀਡ ਦਾ ਦੁਨੀਆਂ ਦੇ ਵਿੱਚ ਇੱਕ ਨਾਮ ਹੈ। ਇਹ ਬਰੀਡਰ ਹੈ, ਔਰ ਤੁਹਾਡੇ ਸਾਹਮਣੇ ਤਸੱਲੀਆਂ ਕਰਾਉਣ ਦਾ ਮਕਸਦ ਇਹ ਹੈ ਕਿ ਇਹ ਜਿਹੜਾ ਬਰੀਡਰ ਹੈ ਨੀਲੀ ਬਾਰ ਦਾ ਇੱਕ ਐਸਾ ਸ਼ਾਹਕਾਰ ਹੈ ਅੱਲਾ ਦੇ ਫਜ਼ਲ ਨਾਲ ਕਿ ਲੋਕ ਜਿਹੜੇ ਨੇ ਉਹ ਨੀਲੀ ਵਿੱਚ ਜਾਣਦੇ ਨੇ ਇਹਨਾਂ ਚੀਜ਼ਾਂ ਨੂੰ, ਔਰ ਦੁਨੀਆ ਦੇ ਸਾਰੇ ਬਿਹਤਰੀਨ ਬਰੀਡਰ ਜਿਹੜੇ ਬੈਫਲੋਸ 'ਤੇ ਕੰਮ ਕਰਦੇ ਨੇ, ਨੀਲੀ 'ਤੇ ਕੰਮ ਕਰਦੇ ਨੇ, ਨੱਬੂ ਬੋਦਲਾ ਬਰੀਡ ਨੂੰ ਬੜੇ ਅੱਛੇ ਤਰੀਕੇ ਨਾਲ ਜਾਣਦੇ ਨੇ। ਇਹ ਝੋਟਾ ਤੁਹਾਡੇ ਸਾਹਮਣੇ, ਇਹ ਦੂਜੀ ਮੱਲ ਹੀ ਹੈ, ਗੱਲਾਂ ਗੁੱਲਾਂ ਨਾਲ ਨਹੀਂ। ਜਿਹੜਾ ਬੰਦਾ ਚਾਹੇ ਇਹਦੀ ਪੂਰੀ ਹਿਸਟਰੀ ਦੇਵਾਂਗੇ, ਇਹਦਾ ਪੂਰਾ ਕਿਤਾਬਚਾ ਦੇਵਾਂਗੇ, ਦੱਸਾਂਗੇ ਕਿ ਫਲਾਣੇ ਘਰ ਵਿੱਚੋਂ ਆਇਆ ਸੀ, ਫਲਾਣੀ ਮੈਂ ਦਾ ਪੁੱਤਰ ਹੈ, ਪਿਓ ਇਹਦਾ ਫਲਾਣਾ ਸੀ, ਫਲਾਣੀ ਗੱਲਬਾਤ ਹੈ, ਤਕਰੀਬਨ ਜ਼ਿਆਦਾ ਨਹੀਂ ਤਾਂ 4 ਤੋਂ 5 ਨਸਲਾਂ ਇਹਦੀਆਂ ਅਸੀਂ ਸਟਾਰਟ ਹੀ ਦੱਸਾਂਗੇ। ਇਹ ਜਨਾਬ ਨੱਬੂ ਬੋਦਲਾ ਬਰੀਡ ਅੱਲਾ ਦੇ ਫਜ਼ਲ ਨਾਲ, ਗੱਲਾਂ ਗੁੱਲਾਂ ਨਾਲ ਨਹੀਂ, ਆਪਣਾ ਦੇਸ਼ ਪੰਜਾਬ ਟੀਵੀ 'ਤੇ ਇਸੇ ਤਰੀਕੇ ਨਾਲ ਸ਼ੌਕਰ ਡੋਗਰ ਸਾਹਿਬ, ਨੱਬੂ ਬੋਦਲਾ, ਪੀਰ ਲਾਲ ਸ਼ਾਹ, ਪੀਰ ਅਬਾਸ ਸ਼ਾਹ, ਔਰ ਇਸ ਤੋਂ ਬਾਅਦ ਰੱਥ ਜਿਹੜੀ ਬਰੀਡ ਹੈ ਉਹ ਵੀ ਤੁਹਾਨੂੰ ਇਨਸ਼ਾਅੱਲਾ ਜ਼ਰੂਰ ਦਿਖਾਈ ਜਾਏਗੀ, ਪਾਕਿਸਤਾਨ ਦੇ ਫਸਟ ਔਰ ਇਨਸ਼ਾਅੱਲਾ ਨੀਲੀ 'ਤੇ ਕੰਮ ਕਰਨ ਵਾਲਾ ਆਪਣਾ ਦੇਸ਼ ਪੰਜਾਬ ਟੀਵੀ ਇਹ ਚੈਨਲ ਜਿਹੜਾ ਹੈ ਤੁਹਾਡੇ ਵਾਸਤੇ ਦੁਨੀਆ ਦੇ ਖੂਬਸੂਰਤ ਤਰੀਨ ਔਰ ਤਰੀਨ ਜਾਨਵਰ ਲੈ ਕੇ ਹਮੇਸ਼ਾ ਹਾਜ਼ਰ ਹੁੰਦਾ। ਅਸੀਂ ਜਨਾਬ ਮੀਆਂ ਸਾਹਿਬ ਨਾਲ ਗੱਲਾਂ ਕਰਾਂਗੇ। ਮੀਆਂ ਸਾਹਿਬ ਆਓ ਜੀ, ਅਸਲਾਮ ਅਲੈਕੁਮ। ਭਾਈ ਜਾਨ ਪੂਰਾ ਨਾਮ ਦੱਸਿਆ ਜੀ? ਬੱਗੇ ਖਾਂ ਜੋਈਆ। ਬੱਗੇ ਖਾਂ ਜੋਈਆ, ਇਹ ਮੀਆਂ ਸਾਹਿਬ ਇਹ ਦੱਸੋ ਕਿ ਜਿਹੜਾ ਝੋਟਾ ਦਿਖਾਇਆ ਹੈ, ਤੁਸੀਂ ਮੈਨੂੰ ਜੋ ਗੱਲਾਂ ਦੱਸੀਆਂ, ਜੋ ਪੁੱਛਿਆ, ਜੋ ਮੈਨੂੰ ਇਹਦੇ ਬਾਰੇ ਜਾਣਕਾਰੀ ਸੀ ਉਹ ਮੈਂ ਤੁਹਾਨੂੰ ਸਾਰੀ ਦੱਸ ਦਿੱਤੀ ਸੱਜਣਾ ਨੂੰ। ਤੁਸੀਂ ਆਪਣੀ ਜ਼ੁਬਾਨੀ ਇਹ ਗੱਲ ਦੱਸਣੀ ਹੈ ਕਿ ਇਹ ਝੋਟਾ ਕੀ ਹੈ,
ਕਿੱਥੋਂ ਆਇਆ, ਕੀ ਗੱਲਬਾਤ ਹੈ ਤੁਹਾਡੇ ਕੋਲ? ਦੋ ਨੇ ਨਬੂ ਬੋਜਲਾ ਬਰੀਡ ਦੇ ਵਿੱਚੋਂ, ਤੇ ਕੀ ਗੱਲਬਾਤ ਹੈ, ਕੀ ਮਾਮਲਾ ਹੈ? ਬੰਦਾ ਬਰੀਡਿੰਗ ਤੇ ਕੰਮ ਕਰ ਰਿਹਾ ਔਰ ਇਨਸ਼ਾਅੱਲਾ ਅੱਛਾ ਕੰਮ ਕਰੇਗਾ ਔਰ ਕਰਦਾ ਵੀ ਰਹੇਗਾ ਜੀ। ਯਾਰ ਜਿਨ੍ਹਾਂ ਨੂੰ ਪਤਾ ਹੈ ਨਾ, ਜਿਹੜੇ ਇਸ ਬਰੀਡਿੰਗ ਨੂੰ ਜਾਣਦੇ ਨੇ, ਅੱਛਾ ਵੇਖ ਤੇ ਧਿਆਨ ਲੈਣਗੇ। ਅੱਛਾ, ਤੇ ਪਿਓਰ ਮਲ ਨਸਲੇ। ਅੱਛਾ, ਪਿਓਰ ਜਿਹੜੇ ਬੰਦੇ ਨੇ ਉਹਨਾਂ ਦੇ ਜੋਟੇ ਮੱਝਾਂ ਵੇਖੀਆਂ ਨੇ, ਅੱਛਾ, ਉਹ ਵੇਖਦਿਆਂ ਸਾਰ ਪਛਾਣ ਲੈਣਗੇ। ਪਹਿਚਾਣ ਲੈਣ, ਨੱਬੂ ਬੋਦਲਾ ਬਰੀਡ ਪਾਕਿਸਤਾਨ 'ਚ ਜਿੱਥੇ ਵੀ ਕੋਈ ਬਰੀਡਰ ਖੜਾ ਹੈ ਨਾ ਪੰਜਾਬ 'ਚ। ਅੱਛਾ, ਜਿਹੜੇ ਬੰਦੇ ਮਸਲਾਂ ਨੇ ਇੱਥੇ ਆਉਂਦੇ ਨੇ ਗੁਲਾਬ ਚਿੱਤੀ ਕੋਲ, ਬੋਦਲਿਆਂ ਕੋਲ, ਜਿਹਨੇ ਮਤਲਬ ਨੀਲੀ ਤੇ ਬਰੀਡਿੰਗ ਤੇ ਕੰਮ ਕੀਤਾ, ਨੱਬੂ ਬੋਦਲਾ ਤੇ ਭੁੱਲਿਆ ਹੋਇਆ ਨਹੀਂ? ਭੁੱਲਿਆ ਨਹੀਂ, ਉਹ ਉਹਦੇ ਜੋਟਾ ਪਛਾਣਿਆ ਜਾਂਦਾ ਹੈ, ਨੱਬੂ ਦੀ ਮੈਂ ਖੜੀ ਹੋਵੇ, ਜੋਟਾ ਖੜਿਆ ਹੋਵੇ, ਜਿਹੜਾ ਬਰੀਡਰ ਬੰਦਾ ਹੈ ਨਾ ਮੱਝਾਂ, ਜਿਹੜਾ ਸ਼ੌਕੀਨ ਹੈ, ਉਹ ਫੌਰੀ ਤੌਰ 'ਤੇ ਪਛਾਣ ਲੈਂਦਾ। ਫੌਰੀ ਤੌਰ 'ਤੇ ਸਿਆਲ ਡੇਅਰੀ ਫਾਰਮ ਖਾਨੇ ਵਾਲੇ ਚਾਰ ਬਰੀਡਰ ਨੇ, ਚਾਰੇ ਇਸ ਨਸਲ ਦੇ। ਅੱਛਾ, ਸਿਆਲ ਡੇਰੀ ਫਾਰਮ ਮੈਂ ਦੇਖਿਆ ਯੂਟਿਊਬ ਤੇ, ਬਹੁਤ ਬੜਾ ਡੇਰੀ ਫਾਰਮ ਹੈ ਤੇ। ਅੱਛਾ, ਤਰੋ ਮੁਹੱਬਤ ਪਿਆਰ ਵਾਲਾ ਕੀ ਡਿਮਾਂਡ ਕੀ ਇਸ ਜੋਟੇ ਦੀ? ਕੀ ਡਿਮਾਂਡ ਆਈ? ਜਿਵੇਂ ਬਾਲ ਵੇਚ ਲਿਆ ਮੇਰੇ ਕੋਲ ਨਦੀਮ, ਤਿੰਨ ਜੋਟੇ। ਅੱਛਾ, ਇਸ ਗੱਲ ਦਾ ਤੈਨੂੰ ਪਤਾ ਹੈ, ਇੱਕ ਗੋਲਾ ਇੱਕ ਆ ਫਿਰਦਾ, ਇਹ ਵਿੱਚ ਲੜਦੇ ਨੇ। ਅੱਛਾ, ਜੋਟਾ ਫਾਈਨਲ ਆਪਾਂ 3.5 ਲੱਖ ਦਾ ਦੇ, 3.5 ਲੱਖ ਰੁਪਏ। ਖੂਨ ਅਸਲ ਨਾ ਹੋਵੇ ਤੇ ਆਪਾਂ ਜੁਰਮਦਾਰ ਆ। ਜੁਰਮਦਾਰ, ਇਸ ਗੱਲ ਦਾ ਪਤਾ ਹੈ ਵੀ ਗੰਦੀ ਸ਼ਹਿ ਦੇ ਦੇਣੀ ਬਰੀਡਰ ਨੂੰ, ਉਹਦੇ 5 ਸਾਲ ਮਾਰੇ ਜਾਂਦੇ। ਅੱਛਾ, ਇਹ ਫਾਈਨਲ 3.5 ਲੱਖ? 3.5 ਲੱਖ, ਕੋਈ ਗੁੰਜਾਇਸ਼ ਨਹੀਂ? ਕੋਈ ਗੁੰਜਾਇਸ਼ ਨਹੀਂ, ਬਰੀਡਰ ਚੰਗਾ ਹੈ, ਦੁਬਾਰੇ ਉਹ ਇਹਨੂੰ ਨਿਗਾਹ ਮਰਾ ਦੋ, ਜਿਹੜਾ ਬੰਦਾ ਵੇਖੇਗਾ। ਤੁਸੀਂ ਇਹ ਗੱਲ ਕਰਦੇ ਹੋ ਕਿ ਫਾਈਨਲ ਪੈਸੇ? ਫਾਈਨਲ ਪੈਸੇ ਹੈ ਨੱਬੂ ਬੋਦਲਾ ਬਰੀਡ 'ਚ, ਨਾ ਹੋਵੇ ਤਾਂ ਜੁਰਮਦਾਰ। ਵੇਖ ਲੈ, ਜੁਰਮਾਨੇ ਪੈ ਜਾਣੇ, ਨੰਬਰਦਾਰ ਜੁਰਮਾਨਾ ਜਿਹੜਾ ਪਾਵੇਂਗਾ ਆਪਾਂ ਚੱਲ ਲਾਂਗੇ, ਜੋਟਾ ਫਰੀ ਦੇ ਦਿਆਂਗੇ, ਪਿੱਛੇ ਲੈ ਚੱਲਾਂਗੇ। ਇੱਕ ਅਮਰ ਬਲੋਚ ਕੋਲੇ ਖੜਾ ਜੋਟਾ। ਅੱਛਾ, ਅਮਰ ਬਲੋਚ ਉਹਦਾ ਰਾਜਨਪੁਰ ਇੱਥੇ ਹੈ, 100 ਝੱਗਾਂ ਦੀਆਂ ਇਹਦਾ। ਅੱਛਾ, ਇੱਕ ਉਸ ਕੋਲੇ, ਇੱਕ ਮੇਰੇ ਕੋਲੇ ਬੋਲਾ। ਅੱਛਾ, ਇੱਕ ਇਹ ਤੇ ਇੱਕ ਨਸਰੇਰਿਆਂ ਦੇ ਵੀ ਆਇਆ। ਅੱਛਾ, ਨਵੂ ਉਦਲਾ ਬਰੀਡ ਚ ਉਹ ਤੇ ਇਹ ਭਰਾ ਨੇ ਸੱਕੇ। ਅੱਛਾ, ਉਹ ਪਹਿਲੀ ਮਾਲੀ ਲਾਈ ਆਂਦਾ, ਦੂਜੀ ਲਾਈ ਇਹ, ਦੂਜੀ ਕਰਦਾ ਉਹਦਾ 10 ਲੱਖ ਰੁਪਈਆ ਲੱਗਿਆ। 10 ਲੱਖ ਰੁਪਈਆ ਲੱਗਿਆ ਇਹਦੇ ਭਰਾ ਦਾ, ਜਿਹੜਾ ਨਸਰੇਰਿਆਂ ਕੋਲ ਖੜਾ। ਨਸਰੇਰਿਆਂ ਕੋਲ ਜੀ 3.5 ਲੱਖ ਰੁਪਈਆ ਫਾਈਨਲ ਦੀ ਡਿਮਾਂਡ ਹੈ ਜੀ ਇਸ ਬਰੀਡਰ ਦੀ। ਔਰ ਇਹ ਸਾਰੀਆਂ ਮੱਝਾਂ ਸਾਰੀਆਂ ਨੂੰ ਟੈਗ 416 ਲੱਗਿਆ, ਔਰ ਇਹ ਫਾਰਮ ਕੀ ਪਹਿਲੇ ਵੀ ਵੇਖਿਆ, ਕਿਉਂਕਿ ਇਹ ਕਰਦਾ ਪਿਆ ਬਰੀਡਿੰਗ ਤੇ ਕੰਮ, ਤੇ ਬਰੀਡਿੰਗ ਜਿਹੜੀ ਹੈ ਉਹ ਆਪਣਾ ਦੇਸ਼ ਪੰਜਾਬ ਟੀਵੀ ਤੇ ਹੀ ਤੁਹਾਨੂੰ ਦਿਖਾਈ ਜਾਂਦੀ ਹੈ। ਨੀਲੀ ਤੇ ਜਿਹੜਾ ਬੰਦਾ ਕੰਮ ਕਰਦਾ ਇਹ ਜਾਂਦੀ ਵੀ 416 ਨੰਬਰ, ਇਸ ਮੈਂ ਦਾ ਅੱਲਾ ਦੇ ਫਜ਼ਲ ਰਿਕਾਰਡ ਜਿਹੜਾ ਰਿਹਾ ਪਿਛਲੇ ਸੂਏ ਦਾ, ਹੁਣ ਚੌਥਾ ਸੂਏ ਨੇ ਸੁਣਿਆ। ਔਰ ਦੂਜੀ ਨਾਲ ਬਾਈ ਜਿਵੇਂ ਦੇ ਫਲ ਜਿਹੜੇ ਨੇ ਕਮਾਲ ਦੇ। ਅੱਛਾ, ਜੋਟੇ ਵੇਖੇ ਨੇ ਜਿਹੜੇ ਬੱਲੇ ਜਿਹੜੇ ਖੁਰ ਵੀ ਉਹਨਾਂ ਦੇ ਬੱਗੇ ਬੋਲ ਜ਼ਿਆਦਾ, ਸਿਰਫ ਬੱਗੀ ਮੋਛਾ ਹੀ ਆਉਂਦੀ ਔਰ ਬਾਕੀ ਕਾਲਾ ਸ਼ਾਹ, ਕਾਲਾ ਸ਼ਾਹ, ਚਿੱਟੀਆਂ ਅੱਖਾਂ ਦੇ ਸੁਣਦੇ। ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ, ਮਿਲਾਂਗੇ ਅੱਛੇ ਔਰ ਬਿਹਤਰੀਨ ਵੀਡੀਓ ਦੇ ਨਾਲ। ਅੱਲਾ ਨੇ